ਲੈਣਾ ਲਓ ਜਨਾਬ ਸਭ ਤੋਂ ਪਹਿਲੇ ਚੋਲੀਆਂ ਚੋਲੀਆਂ ਖਬਰਾਂ ਨਾਜ਼ਰੀਨ ਅੱਜ ਦੀ ਇੱਕ ਵੱਡੀ ਖਬਰ ਜੰਗ ਸ਼ਹਿਰ ਦੇ ਵਿੱਚ ਖੋਤਿਆਂ ਦਾ ਅੱਜ ਖੁਫੀਆ ਇਜਲਾਸ ਹੋਇਆ ਨੇ ਸੋਲੰਗ ਇੱਟਾਂ ਸਮੇਤ ਗੈਬ ਤੇ ਆਡੀ ਗੁਆਡੀ ਪਰੇਸ਼ਾਨ ਤੋਬਾ 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 ਮਾਝ ਸੱਡੇ ਨਾਲ ਫਰਾਰ ਹੋ ਗਈ ਇੱਕ ਜਿਹੜਾ ਮਾਲਕ ਉਸ਼ੋ ਦਾ ਪਰੇਸ਼ਾਨ ਬਦਲ ਸ਼ਾਦੀ ਦੇ ਫੰਕਸ਼ਨ ਦੇ ਵਿੱਚ ਫੈਰੰਗ ਤੇ ਫਨਕਾਰ ਗੈਬ ਇੱਕ ਮੇਲੇ ਤੇ ਆਸ਼ਿਕ ਤੇ ਮਸ਼ੂਕ ਦੀ ਹੋ ਗਈ ਲੜਾਈ ਤੇ ਇੱਕ ਦੂਜੇ ਦੇ ਸਿਰ 'ਚ ਇੱਟਾਂ ਮਾਰੀਆਂ ਅੱਲਾਹ ਮਾਫੀ ਮਹਿੰਗਾਈ ਦਾ ਜਿੰਨ ਬੋਤਲ ਵਿੱਚ ਬੰਦ ਤੇ ਲੋਕਾਂ ਦੀਆਂ ਚੀਕਾਂ ਵੈਰੀ ਬੈਡ ਗੁੱਲੀ ਡੰਡ ਦੀ ਖੇਡ ਹੈ ਜੀ ਇੱਕ ਬੰਦਾ ਸ਼ੋਦਾ ਕਾਣਾ ਹੋ ਗਿਆ ਤੇ ਜਨਾਬ ਖਬਰਾਂ ਦੀ ਤਫਸੀਲ ਨਿੱਕੀ ਜੀ ਬਰੇਬ ਤੋਂ ਬਾਅਦ ਤੇ ਤੁਸੀਂ ਵੇਖਦੇ ਰਹੋ ਪੇਂਡੂ ਨਿਊਜ਼। ਮੇਰਾ ਮਤਲਬ ਹੈ ਕਿ ਆਵਾਜ਼ ਆਉਂਦੀ ਪਈ ਹੈ ਮੇਰਾ ਫੋਟੋ ਵੀ ਆਉਂਦਾ ਪਿਆ ਹੈ ਜਾਂ ਕੋਈ ਨਾ ਜੀ ਕਾਲੂ ਗੁਬਾਰ ਸਾਹਿਬ ਖੋਤਿਆਂ ਦੇ ਇਜਲਾਸ ਦੀ ਕੀ ਖਬਰ ਹੈ ਤੇ ਤੁਸੀਂ ਇਸ ਟਾਈਮ ਕਿੱਥਾਂ ਹੋ ਜੀ ਇਸ ਟਾਈਮ ਮੈਂ ਖੋਤਿਆਂ ਦੇ ਵਿੱਚ ਮੌਜੂਦ ਹਾਂ ਤੇ ਖੋਤਿਆਂ ਵਿੱਚ ਖਲੋ ਕੇ ਮੈਂ ਆਪ ਵੀ ਖੋਤੋ ਹੋਇਆ ਖਲੋਤਾ ਤੁਹਾਡੇ ਨਾਲ ਰਾਬਤਾ ਹੋਵਣ ਤੋਂ ਪਹਿਲੇ ਮੈਂ ਦੋ ਵਾਰੀ ਹੀਂਗ ਵੀ ਲਿਆ ਹੈ ਤੇ ਹੁਣ ਤਾਂ ਮੇਰਾ ਪੱਠੇ ਖਾਵਣ ਕਰਨ ਦੇ ਲੱਗਦਾ ਹੈ ਕੋਈ ਗੱਲ ਨਹੀਂ ਕਾਲੂ ਸਾਹਿਬ ਕੁਝ ਬੰਦੇ ਵੀ ਖੋਤੇ ਹੁੰਦੇ ਨੇ ਨਾਲੇ ਤੁਸੀਂ ਭੱਠੇ ਕੀ ਤੁਸੀਂ ਤੂੜੀ ਵੀ ਖਾ ਸਕਦੇ ਹੋ ਤੂੜੀ ਨੂੰ ਮੂੰਹ ਮਾਰਨ ਤੋਂ ਪਹਿਲੇ ਸਾਨੂੰ ਇਜਲਾਸ ਦੀ ਕਾਰਵਾਈ ਵੀ ਦੱਸ ਦਿਓ ਤੁਹਾਡੀ ਮਿਹਰਬਾਨੀ ਅਸੀਂ ਕਾਲੂ ਸਾਹਿਬ ਜੀ ਬਿਲਕੁਲ ਇਸ ਜਾਤ ਖੋਤਿਆਂ ਦਾ ਬੜਾ ਵੱਡਾ ਇਜਲਾਸ ਹੋਇਆ ਹੈ ਜਿਸ ਦੀ ਸਦਾਰਤ ਖੋਤਿਆਂ ਦੀ ਤਨਜ਼ੀਮ ਦੇ ਸਰਬਰਾ ਦੋਲਤਿਆਂ ਦੇ ਮਾਸਟਰ ਡੇਢ ਕੰਨਾ ਸਾਹਿਬ ਨੇ ਕੀਤੀ ਹੈ ਇਸ ਦੇ ਵਿੱਚ ਬਹੁ ਵੱਡੇ ਵੱਡੇ ਫੈਸਲੇ ਹੋਏ ਨੇ ਤੇ ਖੋਤਿਆਂ ਦੀ ਤਨਜ਼ੀਮ ਦੇ ਸੈਕਟਰੀ ਬਹੁ ਵੱਡਾ ਏਜੰਡਾ ਪੇਸ਼ ਕੀਤਾ ਜਨਰਲ ਸੈਕਟਰੀ ਇਹ ਸਦਰ ਸਾਹਿਬ ਨੂੰ ਦੱਸਿਆ ਬਈ ਅੱਗੇ ਸਾਡਾ ਬਹੁ ਔਖਾ ਗੁਜ਼ਾਰਾ ਤੇ ਉਤੋਂ ਸਾਥੂ ਬੰਦੇ ਬਹੁ ਔਖਾ ਕੰਮ ਲੈਂਦੇ ਹਨ ਤੇ ਹੁਣ ਤਾਂ ਸਾਡੀਆਂ ਜਾਨਾਂ ਵੀ ਖਤਰੇ 'ਚ ਪੈ ਗਈਆਂ ਹਨ ਕੋਈ ਤਾਂ ਕੜਾਈ ਪਿਆ ਬਣਾਉਂਦਾ ਹੈ ਕੋਈ ਤਿੱਕਾ ਮੋਟੀ ਬਣਾਉਂਦਾ ਹੈ ਕੋਈ ਕੀਮਾ ਬਣਾਉਂਦਾ ਹੈ ਹਰ ਦੇਸ਼ ਸਾਨੂੰ ਪਾਉਂਦੇ ਨੇ ਅਸੀਂ ਕਿਹੜੇ ਪਾਸੇ ਜਾਵੀਏ ਅਸੀਂ ਚੰਗੇ ਭਲੇ ਖੋਤੇ ਆਸੇ ਉਹ ਸਾਨੂੰ ਬੱਕਰਿਆਂ ਨਾਲ ਲਾ ਦਿੱਤਾ ਨੇ ਉਹ ਭਲਾ ਕਿੱਥੇ ਬੱਕਰੇ ਤੇ ਕਿੱਥੇ ਅਸੀਂ ਖੋਤੇ ਇਹ ਖੋਤੇ ਵੀ ਆਖਿਆ ਖਾਨਾ ਖਰਾਬ ਹੋਵੇ ਉਸ ਟੀਮ ਦਾ ਉਹ ਜੈਸੇ ਬਿਆਨ ਦਿੱਤਾ ਖੋਤਿਆਂ ਦੇ ਗੋਸ਼ਤ ਬੜੀ ਤਾਕਤ ਹੁੰਦੀ ਹੈ ਕੀ ਆਦਤ ਹੈ ਵੇ ਐਡੇ ਹਲਕੇ ਹੋ ਗਏ ਮੁਸਲਮਾਨ ਹੋ ਕੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਾ ਕੈਸਾ ਖਾਵਣੀ ਹੈ ਤੇ ਕੈਸਾ ਨਹੀਂ ਇਹ ਖੋਤੇ ਸਦਰ ਸਾਹਿਬ ਦੇ ਅੱਗੇ ਰੋ ਕੇ ਅਰਜ਼ੋਈ ਕੀਤੀ ਪਰ ਸਦਰ ਸਾਹਿਬ ਤੁਸੀਂ ਸੋਚ ਹੀ ਨਹੀਂ ਸਕਦੇ ਪਰ ਸਾਡੇ ਕਿਤਨਾ ਭੈਣਾਂ ਬਿਰਾਵਾਂ ਦਾ ਖੂਨ ਬੰਦਿਆਂ ਦੇ ਖੂਨ ਦੇ ਵਿੱਚ ਰਲ ਗਿਆ ਹੈ ਤੇ ਬੰਦੇ ਹੀ ਹੁਣ ਖੋਤੇ ਹੋ ਗਏ ਹਨ ਤੇ ਸਾਡੀਆਂ ਆਤਾਂ ਉਹਨਾਂ ਦੇ ਚ ਮੁੰਤਕਿਲ ਹੋ ਗਈਆਂ ਹਨ ਸਾਡੇ ਵਾਂਗੂ ਇੱਕ ਦੂਏ ਨੂੰ ਧੁੱਲਤੀਆਂ ਮਰਿੰਦੇ ਹਨ ਤੇ ਇੱਕ ਦੋ ਨੂੰ ਤਾਂ ਮੈਂ ਪੱਠੇ ਖਾਂਦਿਆਂ ਵੇਖਿਆ ਹੈ ਉਹਨਾਂ ਨਾਲੋਂ ਤਾਂ ਅੰਗਰੇਜ਼ ਚੰਗੇ ਹਨ ਗੈਰ ਮਜ਼ਹਬ ਹੋ ਕੇ ਸੂਰ ਖਾ ਲੈਂਦੇ ਹਨ ਪਰ ਖੋਤੇ ਨਹੀਂ ਖਾਂਦੇ ਇਹ ਸਾਰੀਆਂ ਗੱਲਾਂ ਬੜੀ ਦੁਖੀ ਮਾਹੌਲ 'ਚ ਹੋਈਆਂ ਹਨ ਤੇ ਮੈਂ ਆਪਣੀ ਗੁਨਾਹਗਾਰ ਰੱਖੀ ਨਾਲ ਇੱਕ ਦੋ ਖੋਤਿਆਂ ਨੂੰ ਰੋਂਦੇ ਹੋਇਆਂ ਵੇਖਿਆ ਤੇ ਸੱਚੀ ਪੁੱਛੋ ਤਾਂ ਮੈਂ ਆਪ ਹੀ ਰੋ ਪਿਆ ਇਹ ਖੋਤੇ ਗਾਣਾ ਵੀ ਸੁਣਾਇਆ ਚੱਲ ਉੜ ਜਾ ਰੇ ਖੋਤੇ ਪਰਦੇਸ ਇਹ ਦੇਸ਼ ਹੋਆ ਬੇਗਾਨਾ ਇਹ ਗਾਣਾ ਗਾ ਕੇ ਤੇ ਖੋਤਿਆਂ ਨੂੰ ਹਿੰਗੜ ਤੇ ਮਜਬੂਰ ਕਰ ਛੋੜਿਆ ਖੋਤੇ ਕਰਿੰਦੇ ਦਾਸ ਦੇ ਆਖਿਰ ਤੇ ਖੋਤਿਆਂ ਦੇ ਸਦਰ ਨੇ ਇਹ ਐਲਾਨ ਕੀਤਾ ਕਿ ਸਾਡਾ ਇਸ ਮੁਲਕ ਹੈ ਰਹਿਣਾ ਹੁਣ ਖਤਰੇ ਤੋਂ ਖਾਲੀ ਨਹੀਂ ਫੌਰੀ ਤੌਰ 'ਤੇ ਆਪਣਾ ਮੁਲਕ ਛੋੜ ਕੇ ਸਾਨੂੰ ਕਿਸੇ ਹੋਰ ਮੁਲਕ 'ਤੇ ਜਾ ਕੇ ਪਨਾਹ ਲੈਣੀ ਚਾਹੀਦੀ ਹੈ ਜਿੱਥੇ ਕਿ ਸਾਨੂੰ ਪਤਾ ਹੀ ਨਾ ਹੋਵੇ ਬਈ ਅਸੀਂ ਖੋਤੇ ਆਏ ਹਾਂ ਇਸ ਐਲਾਨ ਤੋਂ ਬਾਅਦ ਤੁਸੀਂ ਵੇਖੋ ਕਿ ਪਾਸਪੋਰਟ ਬਣਾਉਣ ਵਾਸਤੇ ਪਾਸਪੋਰਟ ਦਫ਼ਤਰ ਦੇ ਅੱਗੇ ਖੋਤਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਉਸ ਦਿਨ ਕਈ ਖੋਤੇ ਤਾਂ ਖਰਚਾ ਪਾਣੀ ਦੇ ਕੇ
ਅਰਜੈਂਟ ਪਾਸਪੋਰਟ ਬਣਾਉਣ ਦੇ ਚੱਕਰ ਵਿੱਚ ਹਨ। ਕੁਝ ਖੋਤੇ ਤਾਂ ਪਰੇਸ਼ਾਨ ਹੋ ਕੇ ਏਅਰਪੋਰਟ 'ਤੇ ਬੈਠੇ ਹਨ ਕਿ ਰਸ਼ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਖੋਤਿਆਂ ਨੂੰ ਸੀਟਾਂ ਨਹੀਂ ਲੱਭਦੀਆਂ ਪਈਆਂ। ਜਿੰਨਾ ਖੋਤਿਆਂ ਦੇ ਪਾਸਪੋਰਟ ਬਣੇ ਹੋਏ ਹਨ ਉਨਾ ਚੁੱਕੇ ਤਾਂ ਬਾਹਰ ਦੇ ਮੁਲਕ ਰਵਾਨਾ ਹੋ ਗਏ। ਕੈਮਰਾਮੈਨ ਮੰਮੇ ਜਰਕੀ ਦੇ ਨਾਲ ਕਾਲੂ ਕੁਬਾਰ, ਪੇਂਡੂ ਨਿਊਜ਼, ਖੀਵਾ, ਜ਼ਿਲ੍ਹਾ ਜੰਗ। ਹੁਣ ਮੈਂ ਚਾਹੁੰਦਾ ਤੁਹਾਡੇ ਕੋਲੋਂ ਨਿੱਕੀ ਜੀ ਬਰੇਕ ਤੇ ਇੱਕ ਮਸ਼ਵਰਾ ਤੁਹਾਨੂੰ ਜ਼ਰੂਰ ਦੇਣਾ। ਇਦਵਾਣਾ ਖਾਣ ਲੱਗਿਆ ਜ਼ਿਹਨ 'ਚ ਰੱਖਣਾ ਹੈ ਕਿ ਉੱਤੋਂ ਬੋਤਲ ਤੇ ਪਾਣੀ ਨਹੀਂ ਪੀਣਾ, ਮਤਾ ਹੈਜ਼ਾ ਸ਼ਰੀਫ ਹੋ ਜਾਵੇ।